ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵਧੀਆ ਸਾਰਿਆਂ ਯੂਟਿਊਬ ਚੈਨਲ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ, ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ, ਪਿੰਡ ਜਾਫਰਕੋਟ, ਤਹਿਸੀਲ ਅਜਨਾਲਾ ਅਤੇ ਜ਼ਿਲ੍ਹਾ ਅੰਮ੍ਰਿਤਸਰ, ਸਮਰ ਵੀਰੋ ਉਹਨਾਂ ਕੋਲ ਆਪਾਂ ਆਏ ਹਾਂ। ਅਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਵੱਡੀਆਂ ਮੱਝਾਂ ਤੁਹਾਨੂੰ ਦਿਖਾਉਣੀਆਂ, ਚੰਗੇ ਕੱਦ ਕਾਠ, ਚੰਗੇ ਪਿੱਠੂੜੇ ਵਾਲੀਆਂ, ਅਤੇ ਇੱਕ ਗਾਂ ਤੁਹਾਨੂੰ ਦਿਖਾਉਣੀ ਆ। ਇਹ ਵੀ ਕੱਦ ਕਾਠ 'ਚ ਪੂਰੀ ਕਮਾਲ ਆ ਜਿਹੜੀ। ਅੱਜ ਚਾਰ ਪਸ਼ੂ ਤੁਹਾਨੂੰ ਦਿਖਾਉਣੇ ਆ, ਚਾਰੇ ਜਿਹੜੀਆਂ ਪੂਰੀਆਂ ਕਮਾਲ ਦੀਆਂ ਤੁਹਾਨੂੰ ਦਿਖਾਵਾਂਗੇ। ਅਤੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀਰ ਜੀ ਉਹਨਾਂ ਨਾਲ, ਅਤੇ ਪੁੱਛਦੇ ਹਾਂ ਸਾਰੀ ਡਿਟੇਲ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ, ਹੋਰ ਠੀਕ ਠਾਕ ਸਭ? ਅਤੇ ਨਾਮ ਦੱਸ ਦਿਓ ਇੱਕ ਵਾਰੀ। ਹਰਿੰਦਰ ਸਿੰਘ, ਪਿੰਡ ਜਾਫਰਕੋਟ, ਤਹਿਸੀਲ ਅਜਨਾਲਾ, ਜ਼ਿਲ੍ਹਾ ਅੰਮ੍ਰਿਤਸਰ। ਅਤੇ ਫੋਨ ਨੰਬਰ ਵੀ ਬੋਲ ਦੇ। 175-99-81। ਠੀਕ ਹੈ, ਅੱਜ ਮੱਝਾਂ ਲਿਆਂਦੀਆਂ ਫਿਰ ਲੱਭ ਕੇ ਚੱਲੀਆਂ? ਠੀਕ ਹੈ, ਇੱਧਰੋਂ ਲਈਆਂ ਕਿ ਹੋਰ ਕਿਤੇ ਲੈਂਦੀ? ਅੱਛਾ, ਉੱਧਰੋਂ, ਉੱਧਰ ਦੀਆਂ ਵਾ। ਠੀਕ ਹੈ, ਅਤੇ ਚਲੋ ਫਿਰ ਸ਼ੁਰੂਆਤ ਜਿਹੜੀ ਆ, ਸਭ ਤੋਂ ਪਹਿਲਾਂ ਜਿਹੜੀ ਆ, ਪਹਿਲੇ ਨੰਬਰ 'ਤੇ ਤੋਂ ਹੀ ਆਪਾਂ ਕਰਨੀ ਆ। ਕਿੰਨਾ ਚਿਰ ਹੋ ਗਿਆ ਇਹਨੂੰ ਸੂਈ ਨੂੰ? 10 ਦਿਨ ਹੋ ਗਏ। 10 ਦਿਨ ਹੋ ਗਏ ਆ। ਕਿੰਨਾ ਦੁੱਧ ਤਿਆਰ ਕਰ ਗਈ ਆ? 16-17 ਕਿਲੋ ਹੈਗਾ। ਤਿਆਰ ਬਿਲਕੁਲ, ਜਿਹੜਾ 16 ਲੀਟਰ ਬਿਲਕੁਲ ਘਰੋਂ ਚਵਾ ਦੋਗੇ? ਅਤੇ ਅਜੇ ਤਾਂ ਵੱਧ ਵੀ ਸਕਦੀ ਦੁੱਧ ਹੋਰ? 20 ਕਿਲੋ ਕਰ ਜਾਣਾ। ਅੱਛਾ, ਤੁਹਾਨੂੰ ਪਤਾ ਗਰਮੀ ਕਿੰਨੀ ਪਈ ਆ। ਹਾਂਜੀ ਹਾਂਜੀ, 16-17 ਕਿਲੋ ਬੜਾ ਦੁੱਧ ਆ। ਠੀਕ ਆ, ਹਾਂਜੀ, ਤੋਰੋ ਫਿਰ ਇੱਕ ਵਾਰੀ ਇਹਨੂੰ। ਬਾਕੀ ਕੱਦ ਕਾਠ 'ਚ ਪੂਰੀ ਜਵਾਨ ਆ ਜਿਹੜੀ, ਪੂਰੀ ਵੱਡੀ ਮੱਝ ਆ, ਅਤੇ ਥਣ ਵੀ ਚੰਗਾ ਦੂਰ ਦੂਰ ਜਿਹੜਾ ਲੱਗਾ, ਚੰਗੇ ਗੈਪ 'ਤੇ ਥਣ ਜਿਹੜਾ ਲੱਗਾ। ਦੋਵਾਂ ਤਿੰਨਾਂ ਮੱਝਾਂ ਵਰਗੀ ਇਕੱਲੀ ਆ ਜਿਹੜੀ ਇਹ ਵਾਲੀ। ਬਾਕੀ ਇਹ ਕਿੱਥੇ ਆ ਗਿਆ, ਆਪਣੀ ਨਿਗਾਹ ਨਾਲ ਅੱਖੀਂ ਵੇਖ ਕੇ ਖੜੋ, ਪਤਾ ਲੱਗ ਜਾਂਦਾ ਪ੍ਰੋਪਰ ਸਾਰੀਆਂ ਚੀਜ਼ਾਂ ਦਾ। ਮਗਰ ਇਹਦੇ ਕੱਟੀ ਆ, ਆ ਜਾਓ ਲੈ ਆਓ ਜੀ, ਬੱਚੇ ਤੁਹਾਨੂੰ ਹੁਣੇ ਸਾਰੀਆਂ ਦਿਖਾ ਦਿੰਦੇ। ਬਾਕੀ ਹੈਗੀ ਵੀ ਲੋਹੀ ਮੱਝ ਆ, ਬਹੁਤੀ ਫਿਰ ਡਿਮਾਂਡ ਹੁੰਦੀ ਹੈ ਲੋਹੀ ਮੱਝ ਦੀ। ਦੁੱਧ ਵਾਲੀਆਂ ਨਿਸ਼ਾਨੀਆਂ ਜਿਹੜੀਆਂ ਇਹਦੇ 'ਚ ਸਾਰੀਆਂ ਪੂਰੀਆਂ। ਅਤੇ ਕਿੰਨਾ ਫਿਰ ਮੁੱਲ ਰੱਖੀਏ ਵੀਰ ਜੀ ਇਹਦਾ ਫਿਰ ਆਪਾਂ? ਇੱਕ 55। ਅੱਛਾ, 1.5 ਦੀ ਦੇ ਦੇਣੀ ਆ, ਕਿ ਮੌਕੇ 'ਤੇ ਛੋੜ ਛਾੜ ਕਰ ਦੇਣੀ? ਫੋਨ ਕੋਈ ਲਾਵੇ ਇੱਕ ਵਾਰੀ, ਹੈ ਨਾ, ਅਤੇ ਬਾਕੀ ਕੋਈ ਵੀਰ ਇੱਥੇ ਆਣ ਕੇ ਵੇਖੇ ਇੱਕ ਵਾਰੀ, ਪਸੰਦ ਆਉਣ ਵਾਲੀਆਂ ਮੱਝਾਂ ਵਾ, ਜਿਹੜਾ ਵੀ ਸ਼ੌਕੀਨ ਆ, ਜਿਹੜਾ ਚੰਗੀ ਸਾਂਭ ਕਰ ਸਕਦਾ, ਉਹੀ ਜਿਹੜਾ ਇਹੋ ਜਿਹੀਆਂ ਮੱਝਾਂ ਨੂੰ ਲੈ ਕੇ ਜਾਵੇ, ਕਿਉਂਕਿ ਸਾਂਭ ਵੀ ਚੰਗੀ ਮੰਗਦੀਆਂ ਵਾ। ਹੁਣ ਆ ਗਈ ਆਪਣੇ ਕੋਲ ਦੂਸਰੇ ਨੰਬਰ 'ਤੇ, ਇਹ ਵੀ ਕੱਦ ਕਾਠ 'ਤੇ ਪੂਰੀ ਜਵਾਨ ਆ। ਠੀਕ ਆ, ਇਹਨੂੰ ਕਿੰਨੇ ਦਿਨ ਹੋਏ ਸੂਈ ਨੂੰ? 6ਵਾਂ ਦਿਨ ਆ। ਤੇ ਇਹ ਕਿੰਨਾ ਦੁੱਧ ਕਰੀ ਜਾਊਗੀ? 16-17 ਕਿਲੋ। ਠੀਕ ਆ, ਤੋਰੋ ਹੈ ਕਰੀ ਫਿਰ ਇਹਨਾਂ ਨੂੰ। ਬਾਕੀ ਇਹ ਵੀ ਥੱਲਿਆਂ ਬੜੀ ਸਫਾਈ 'ਚ ਆ, ਕੱਦ ਕਾਠ ਪਿੱਠ ਫੜੇ ਦੀ ਇਹ ਵੀ ਚੰਗੀ ਆ ਜਿਹੜੀ ਪੂਰੀ। ਆ ਜਾ ਲੈ ਆ। ਬਾਕੀ ਤੁਹਾਨੂੰ ਦੱਸਿਆ ਜੀ ਗੈਪ ਇਹਦਾ ਵੀ ਜਿਹੜਾ ਦੂਰ ਦੂਰ ਆ। ਅਤੇ ਕਿੰਨਾ ਫਿਰ ਇਹਦਾ ਮੁੱਲ ਰੱਖੀਏ ਆਪਾਂ? 1,00,000 ਇਹ ਛੋਟ ਛੋਟ ਕਰ ਦਈਏ ਵਿੱਚੋਂ। 95 ਦੇ ਦਾਂਗੇ। ਅੱਛਾ, 95,000 ਦੀ ਦੇ ਦਊਗੇ? ਚਲੋ, ਬਾਕੀ ਕੋਈ ਫੋਨ ਲਾਵੇ ਇੱਕ ਵਾਰੀ, ਹੈ ਨਾ, ਅਤੇ ਆ ਗੱਬਨ ਜੇ ਕਿ ਸੂਈ ਜੀ? ਅੱਛਾ, ਰਾਤ ਦੀ ਸੂਈ ਆ।
ਹਾਂ ਦੇਖ ਸਕਦੇ ਚੰਗੀ ਬਣੀ ਥੱਲੇ ਵੀ। ਇਹ ਕਿੰਨੇ ਕੁ ਦੁੱਧ ਵਾਲੀ ਆ? 17-18 ਕਿਲੋ ਆਰਾਮ ਨਾਲ ਦੇ ਦੇ। ਠੀਕ ਆ, ਖੋਲੋ ਹਾਂ ਫਿਰ ਤੋੜ ਦਈਏ ਕਰੀ ਨੂੰ। ਇਹਦੇ ਮਗਰ ਕੱਟਾ ਆ ਜਿਹੜਾ। ਆ ਕੱਟੀਆਂ ਦੋਵੇਂ ਉਹਨਾਂ ਮੱਝਾਂ ਦੀਆਂ। ਇਸ ਤਰ੍ਹਾਂ ਹੀ ਭਾਵੇਂ ਥੱਲੇ ਪੈ ਜਾਓ। ਇਹਦਾ ਕੱਟਾ ਜਿਹੜਾ ਉਧਰ ਵੱਜਿਆ ਵਾ। ਬਾਕੀ ਚੰਗੀ ਤਿਆਰ ਹੋਈ ਆ ਵੀ ਥੱਲੇ। ਤੇ ਇਹਦਾ ਫਿਰ ਮੁੱਲ ਕਿੰਨਾ ਕੁ ਰੱਖੀਏ ਆਪਾਂ? 1,10,000 ਪੂਰੀ ਜਵਾਨ ਤੁਹਾਨੂੰ ਵੈਡ ਇੱਕ ਤੁਹਾਨੂੰ ਦਿਖਾਉਣੀ ਆ। ਅੱਛਾ ਮੂੰਹ ਜਿਹੜੀ 4 ਦੰਦ ਆ। ਤੇ ਕਿੰਨਾ ਚਿਰ ਇਹਨੂੰ ਸੂਈ ਨਾ ਹੋਇਆ ਜੇ? ਹਾਂ ਵੱਛੀ ਜੀ, ਆਪਣੀ ਸਮਝਣਾ ਕੋਈ ਵੇਖ ਲੇ, ਕੋਈ 1.5 ਦੀ ਲਾਲੇ, ਕੋਈ 2 ਦੀ ਲਾਲੇ। ਬਾਕੀ ਇਹ ਆ ਵੀ ਚਲੋ ਸਾਂਭੀ ਸੁੰਭੀ ਵੀ ਚੰਗੀ ਆ ਵੱਛੀ। ਤੇ ਆਹ ਕੱਟਾ ਉਹ ਮੱਝ ਦਾ ਜਿਹੜੇ ਹੁਣ ਕੱਲ ਦੀ ਸੂਈ ਜੀ। ਠੀਕ ਹੈ ਜੀ। ਤੇ ਇਹਦੇ ਕੋਲ ਦੁੱਧ ਕਿੰਨਾ ਤਿਆਰ ਜੇ? ਇਹਦੇ ਕੋਲ ਦੁੱਧ 17-18 ਕਿਲੋ ਹੋ ਗਿਆ ਤਿਆਰ ਜਿਹੜਾ। ਬਿਲਕੁਲ ਤਿਆਰ। ਤੋਰੋ ਫਿਰ ਇੱਕ ਰੀ ਨੂੰ। ਬਾਕੀ ਪੂਰੀ ਕੱਦ ਕਾਠ 'ਚ ਜਵਾਨ ਆ। ਕਿੰਨੇ ਦੰਦ ਮੂੰਹ? 4 ਦੰਦ ਜੀ। ਆਹ ਦੇਖ ਸਕਦੇ 4 ਦੰਦ ਹੀ ਆ ਜਿਹੜੇ, ਅਜੇ ਸਾਈਡ ਵਾਲਾ ਅਜੇ ਉੱਤਰ ਹੀ ਪਿਓਰ 4 ਦੰਦ ਆ ਜਿਹੜੀ, ਅਜੇ ਜਿਹੜਾ ਤੋੜਿਆ ਹੀ ਆ ਜਿਹੜਾ, ਅਜੇ ਇਹਨੇ ਪੁੱਟੇ ਨਹੀਂ ਆ ਜੀ। ਅਤੇ ਘੋੜੀਆਂ ਰਗਾ ਕਰ ਦਿਆ ਜਿਹੜਾ ਇਹਦਾ। ਅੱਜ ਲੈ ਬਾਕੀ ਆ ਮੂੰਹ ਦੇ ਚੋਕਰ ਪਿਆ ਵਾ ਇਹਦੇ। ਤੇ ਥਣ ਥੁਣ ਪੂਰੇ ਹੀ ਆ ਸਾਰੇ? ਤੇ ਮੁੱਲ ਫਿਰ ਇਹਦਾ? 55 ਦੇ ਦੀ। 55 ਦੀ ਕਿ ਛੋਟ ਛੜ ਕਰ ਦਈਏ? ਅੱਛਾ ਪੂਰੇ 50 ਦੀ। ਠੀਕ ਹੈ ਜੀ, ਠੀਕ ਹੈ ਜੀ। ਬਾਕੀ ਜੋ ਵੀ ਆ ਸਾਰਾ ਕੁਛ ਤੁਹਾਡੇ ਸਾਹਮਣੇ ਹੀ ਆ। ਆਪਣੀ ਇੱਥੇ ਆ ਕੇ ਤਸੱਲੀ ਕਰਕੇ ਵੇਖ ਚੱਖ ਕੇ ਆਪਣੀ ਮਰਜ਼ੀ ਨਾਲ ਪਸੰਦ ਕਰਕੇ ਪਸ਼ੂ ਖੜੋ ਜੀ। ਜੇ ਕੋਈ ਵੀਰ ਨਹੀਂ ਆਪਣੀ ਚਵਾਈ ਕਰਕੇ ਖੜਦਾ ਤਾਂ ਉਹਦੀ ਜ਼ਿੰਮੇਵਾਰੀ ਆ, ਅਤੇ ਆਪਣੀ ਸਮਝ ਨਾਲ ਵੇਖ ਕੇ ਖੜੇ।